ਇਹ ਬਾਪੂ ਪੰਜੇ ਤਖਤਾਂ ਦੀ ਪੈਦਲ ਯਾਤਰਾ ਵਾਸਤੇ ਘਰੋਂ ਤੁਰਿਆ ਹੋਇਆ। ਬਾਪੂ ਦੀ ਸੱਤਵੀਂ ਪੈਦਲ ਯਾਤਰਾ ਹੈ। ਬੇਸ਼ੱਕ ਇੱਕ ਗੋਡਾ ਬਹੁਤ ਦਰਦ ਕਰ ਰਿਹਾ ਬਾਪੂ ਦਾ, ਪਰ ਬਾਪੂ ਕਹਿੰਦਾ ਜਾਊਂ ਪੈਦਲ ਹੀ। ਆ ਜਾਓ ਬਾਪੂ ਨਾਲ ਕਰਦੇ ਹਾਂ ਸਾਰੀ ਗੱਲਬਾਤ। ਕਾਲ ਪੰਜਾਬੀ ਹੋ, ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ। ਇਸ ਟਾਈਮ ਅਸੀਂ ਬਠਿੰਡੇ ਖੜ੍ਹੇ ਹਾਂ ਝੀਲਾਂ ਦੇ ਕੋਲੇ। ਸਾਡੇ ਨਾਲ ਬਾਪੂ ਜੀ ਨੇ ਹਰਵਿੰਦਰ ਸਿੰਘ, ਹਰਮਿੰਦਰ ਸਿੰਘ ਨੇ ਬਾਪੂ ਜੀ ਨਾਮ, ਹਰਮਿੰਦਰ ਸਿੰਘ, ਪਿੰਡ ਇਹਨਾਂ ਦਾ ਹੈਗਾ ਪਾਈਲ, ਜ਼ਿਲ੍ਹਾ ਲੁਧਿਆਣਾ। ਬਾਪੂ ਜੀ ਦੀ ਉਮਰ ਹੈ 71 ਸਾਲ ਅਤੇ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ। ਪੈਦਲ ਸੱਤਵੀਂ ਯਾਤਰਾ ਇਹਨਾਂ ਦੀ ਪੰਜਾਂ ਤਖਤਾਂ ਦੀ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਮਿੰਦਰ ਸਿੰਘ, ਪਿੰਡ ਪੈਲ, ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ। ਇਹ ਸੱਤਵੀਂ ਯਾਤਰਾ ਮੈਂ ਪੰਜ ਤਖਤਾਂ ਦੀ ਪੈਦਲ ਕਰ ਰਿਹਾ। ਇਹ ਯਾਤਰਾ ਦਾ ਮੇਰਾ ਮਕਸਦ ਹੈ, ਜੋ ਸਾਡੇ 2015 ਤੋਂ ਲੈ ਕੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ, ਸਾਡੇ ਬੰਦੀ ਸਿੰਘ ਜਿਹੜੇ ਚਾਰ ਚਾਰ ਉਮਰ ਕੈਦਾਂ ਕੱਟ ਚੁੱਕੇ ਆ, ਅਤੇ 328 ਸਰੂਪ ਜਿਹੜੇ ਸਾਡੇ ਚੋਰੀ ਹੋਏ ਆ, ਉਹਨਾਂ ਦਾ ਕਿਸੇ ਨੇ ਸਾਨੂੰ ਇਨਸਾਫ ਨਾ ਸਰਕਾਰਾਂ ਨੇ ਦਿੱਤਾ, ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ, ਨਾ ਅਕਾਲ ਤਖਤ ਨੇ ਉਹਦੇ ਲਈ ਆਵਾਜ਼ ਉਠਾਈ। ਅਤੇ ਉਹਦੇ ਲਈ ਹੁਣ ਮੈਂ ਪੰਜ ਤਖਤਾਂ 'ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਾਂਗਾ, ਸੱਚੇ ਪਾਤਸ਼ਾਹ ਸਾਨੂੰ ਸੰਗਤ ਨੂੰ ਮੇਰੀ ਨੂੰ ਇਨਸਾਫ ਦੇ। ਬਹੁਤ ਹੋ ਗਿਆ, ਸੰਗਤ ਦੇ ਹਿਰਦੇ ਜਿਹੜੇ ਆ ਜ਼ਖਮੀ ਹੋਏ ਪਏ ਆ। ਸੱਚੇ ਪਾਤਸ਼ਾਹ ਹੁਣ ਸਾਡੀ ਸੁਣ ਲਾ, ਸਾਨੂੰ ਇਨਸਾਫ ਦੇ। ਇਹਦੇ ਵਿੱਚ ਮੈਂ ਆਸਾਮ ਵੀ ਜਾਵਾਂਗਾ, ਹੇਮਕੁੰਡ ਵੀ ਜਾਵਾਂਗਾ, ਨਾਨਕ ਮਤੇ ਰੀਠਾ ਸਾਹਿਬ ਦੇ ਵੀ ਦਰਸ਼ਨ ਕਰਾਂਗਾ, ਹੋਰ ਅਨੇਕਾਂ ਧਰਮ ਸਥਾਨਾਂ 'ਚ, ਚਾਹੇ ਉਹ ਮੰਦਰ ਆ, ਚਾਹੇ ਮਸਜਿਦ ਆ, ਚਾਹੇ ਚਰਚ ਆ, ਉੱਥੇ ਵੀ ਅਰਦਾਸ ਕਰਦਾ ਹੋਇਆ ਮੈਂ ਇਹ ਯਾਤਰਾ ਕਰ। ਬਾਪੂ ਜੀ ਕਿੰਨੀ ਉਮਰ ਆ ਤੁਹਾਡੀ? ਮੇਰੀ ਉਮਰ 71.5 ਸਾਲ ਆ। ਅੱਛਾ, 5-6 ਯਾਤਰਾ ਪਹਿਲਾਂ ਤੁਸੀਂ ਕਰ ਚੁੱਕੇ ਹੋ ਪੰਜ ਤਖਤਾਂ ਦੀਆਂ। ਅੱਛਾ, ਕਿੰਨੇ ਕਿੰਨੇ ਸਮੇਂ 'ਤੇ ਕਰਦੇ ਰਹੇ, ਕਿੰਨੇ ਕਿੰਨੇ ਟਾਈਮ ਬਾਅਦ ਕਰਦੇ ਰਹੇ? ਪਹਿਲੀ ਯਾਤਰਾ ਮੈਂ ਬਹੁਤ ਮੰਦਰਾਂ ਦੀ ਵੀ ਕੀਤੀ ਆ, ਉਹਦੇ 'ਚ ਮੈਂ 12 ਜੋਤੀਲਿੰਗ ਕੀਤੇ ਆ। 12 ਜੋਤੀਲਿੰਗ ਨਾਲ ਪੰਜ ਤਖਤ ਸਾਹਿਬ, ਉਦੋਂ ਮੈਂ ਨਾਨਕ ਝੀਰੇ ਗਿਆ ਸੀ। ਦੂਜੀ ਮੈਂ 7 'ਚ ਕੀਤੀ, ਪਹਿਲੀ 4 'ਚ ਸੀ, 456 ਦਿਨਾਂ 'ਚ। ਜਿਹੜੀ 7 'ਚ ਕੀਤੀ, ਉਦੋਂ ਮੈਂ ਹੇਮਕੁੰਡ ਸਾਹਿਬ ਦੇ ਦਰਸ਼ਨ ਜ਼ਿੰਦਗੀ 'ਚ ਪਹਿਲੀ ਵਾਰੀ ਕੀਤੇ ਆ, ਪੰਜਾਂ ਤਖਤਾਂ 'ਚ। ਅਤੇ ਪੰਜੇ ਤਖਤ ਉਹ ਮੈਂ 255 ਦਿਨਾਂ 'ਚ ਅਕਾਲ ਤਖਤ 'ਤੇ ਆ ਕੇ ਸਮਾਪਤ ਕੀਤੀ ਸੀ। ਪਹਿਲੀ 456 ਦਿਨਾਂ 'ਚ ਕੀਤੀ ਆ, ਉਹ ਮੈਂ ਜਿੱਥੇ ਰਾਮ ਨੇ ਪੁੱਲ ਬਣਾਇਆ ਸੀ ਉੱਥੇ ਤੱਕ ਗਿਆ ਸੀ, ਉੱਥੇ ਮੇਰੇ ਸਤਿਗੁਰ ਨਾਨਕ ਵੀ ਪਹੁੰਚੇ ਹੋਏ ਆ। ਬਹੁਤ ਵੱਡਾ ਗੁਰਦੁਆਰਾ, ਔਰ ਇੱਕੋ ਹੀ ਸਿੰਘ ਸੀ ਰਾਮੇਸ਼ਵਰ ਦੇ ਅੰਦਰ, 3 ਸਮੁੰਦਰ ਉੱਥੇ ਇਕੱਠੇ ਹੁੰਦੇ, ਅਰਬ ਸਾਗਰ, ਹਿੰਦ ਮਹਾਂਸਾਗਰ ਅਤੇ ਬੰਗਾਲ ਕੀ ਖਾੜੀ। ਦੂਜੀ 7 'ਚ ਕੀਤੀ 255 ਦਿਨਾਂ, ਤੀਜੀ ਕੀਤੀ 249 ਦਿਨਾਂ, ਚੌਥੀ ਕੀਤੀ 253 ਦਿਨਾਂ 'ਚ, ਅਤੇ ਪੰਜਵੀਂ ਕੀਤੀ ਜਿਹੜੀ, ਉਹ ਮੈਂ ਅਕਾਲ ਤਖਤ ਤੋਂ ਚੱਲ ਕੇ ਦੂਜਾ ਤਖਤ ਪਟਨਾ ਸਾਹਿਬ ਗਿਆ, ਉੱਥੋਂ ਮੁੜਿਆ ਨਾਨਕ ਮਤਾ ਹੇਮਕੁੰਡ ਹੁੰਦਾ ਅਨੰਦਪੁਰ ਸਾਹਿਬ ਆਇਆ। ਅਨੰਦਪੁਰ ਸਾਹਿਬ ਤੋਂ ਫਿਰ ਮੈਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਪਹੁੰਚਿਆ, ਉੱਥੋਂ ਚੱਲ ਕੇ ਮੈਂ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆ ਕੇ ਸਮਾਪਤ ਕੀਤੀ। ਉਹਦੇ 'ਚ ਮੈਨੂੰ 376 ਦਿਨ ਲੱਗੇ। ਬਾਪੂ, ਇੰਨੀ ਉਮਰ ਹੈ, ਹੱਡ ਗੋਡੇ ਨਹੀਂ ਦੁਖਦੇ? ਮਹਾਰਾਜ, ਪ੍ਰੀਖਿਆ ਤਾਂ ਲੈਂਦਾ, ਪਰ ਮੈਂ ਉਹ ਪ੍ਰੀਖਿਆ 'ਚ ਪਾਸ ਹੋ ਜਾਂਦਾ। ਰਹਿੰਦੇ ਕਿੱਥੇ ਹੋ? ਰਹਿੰਦੇ ਜਿਹੋ ਜਿਹਾ ਜਗ੍ਹਾ ਮਿਲ ਗਈ, ਸੌਣ ਦੀ ਮਿਲੇ, ਰੋਟੀ ਦੀ ਨਹੀਂ ਚਿੰਤਾ ਮੈਨੂੰ। ਕੋਲੇ ਸਮਾਨ ਕਿੰਨਾ ਕੁ ਵਜਨਦਾਰ ਹੈ ਸਮਾਨ? ਆਹ ਹੁਣ ਹੈਗਾ 20 ਕੁ ਕਿਲੋ। ਸੰਗਤ ਵਧਾ ਦਿੰਦੀ ਆ, ਹੁਣ ਸੰਗਤ ਨੂੰ ਨਾ ਵੀ ਨਹੀਂ ਕਰ ਸਕਦਾ, ਔਰ ਸੰਗਤ ਵੀ ਫਿਰ ਉਹ ਸਮਾਨ ਜ਼ਿਆਦਾ ਹੋ ਜਾਏ ਤਾਂ ਲੈ ਕੇ ਪਿੰਡ ਵੀ ਪਹੁੰਚਾ ਦਿੰਦੀ ਆ। ਤਕਰੀਬਨ ਕਿੰਨੇ ਕਿਲੋਮੀਟਰ ਕੱਢ ਲੈਂਦੇ ਰੋਜ਼? ਅੱਜ ਮੈਂ ਗੁਣਿਆਣਾ ਖੁਰਦ ਤੋਂ ਚੱਲਿਆ। ਹਾਂਜੀ, ਅੱਜ ਮੈਂ ਬਠਿੰਡੇ ਰੁਕੂੰਗਾ, ਇੱਥੇ ਮੇਰਾ ਕੋਈ ਸਿੰਘ ਜੀ ਆ, ਉਹਨਾਂ ਦੇ ਘਰ ਬੰਦੋਬਸਤ ਆ, ਉਹਨਾਂ ਦਾ ਮੈਡੀਕਲ ਸਟੋਰ ਆ, ਅੱਗੇ ਬੱਸ ਸਟੈਂਡ ਤੋਂ ਅੱਗੇ ਚੌਂਕ ਜਾ ਕੇ ਉਹ ਮੈਨੂੰ ਲੈਣ ਆ ਜਾਣਗੇ। ਹੁਣ ਆਏ ਸੀ, ਮੈਨੂੰ ਚਾਹ ਚੂ ਪਿਆ ਕੇ ਗਏ ਆ। ਅਸੀਂ ਤੁਹਾਨੂੰ ਕਾਰ 'ਚ ਬਿਠਾ ਕੇ ਛੱਡ ਦਿੰਦੇ ਉੱਤੇ? ਨਹੀਂ, ਮੈਂ ਬਹਿਣਾ ਨਹੀਂ, ਫਿਰ ਬਹਿ ਗਿਆ ਤਾਂ ਫਿਰ ਮੈਂ ਯਾਤਰਾ ਥੋੜ੍ਹੀ ਕੀਤੀ, ਫਿਰ ਤਾਂ ਮੈਂ ਜਮੀ ਨਹੀਂ ਚੜ੍ਹਨਾ। ਨਾ, ਫਿਰ ਤਾਂ ਮੈਂ ਪਿਕਨਿਕ ਮਨਾਈ, ਮੈਂ ਆਪਦੇ ਗੁਰੂ ਨੂੰ ਵੀ ਧੋਖਾ ਦਊਂਗਾ, ਆਪਦੀ ਸੰਗਤ ਨੂੰ ਵੀ ਦਊਂਗਾ, ਉਹ ਨਹੀਂ ਉਹ। ਹਾਂ, ਉਹਦੇ ਨਾਲ ਉਹਨੂੰ ਧੋਖਾ ਦੇਣਾ, ਦੱਸੋ ਮੈਂ ਹੁਣ ਬਹਿ ਜਾਂਦਾ ਤੁਹਾਡੇ ਨਾਲ। ਕਿਤੇ ਵਜੋਂ ਕੀ ਕਰਦੇ ਰਹੇ ਬਾਪੂ? ਕਿਤੇ 'ਚ ਮੈਂ ਫੈਕਟਰੀ 'ਚ ਕੰਮ ਕਰਦਾ।
बस कला जाना, गुड्डी है एक मेरी घर वाली गुजर गई सी, गुड्डी मेरी एम ए कॉम कराई है, मैं अच्छे घर ब्याई है, करोड़पति परिवार आ, उन्होंने शोरूम आ खन्ने च, बहुत तगड़ा परिवार आ, बहुत अच्छे लोग आ, गुरु महाराज ने बहुत मैनू यह शक्ति दिती आ। मैं मेन तुसी दो स्नेह लैके चलो, एक तो बेअदबियां दा इंसाफ ते बंदी सिंघां दी रिहाई ते 328 रूपां दा हिसाब किताब। हाँ हिसाब किताब मिले सानू, इंसाफ संगत नू मिले, होर कोई नहीं चाहिए सानू। हुण तुसी दरबार साहब तो चले हो, मतलब अकाल तख्त साहब तो अमृतसर साहब। हाँ जी, किन्ने दिनां दा जिहड़ा प्लान आ जी? यह कोई पता नहीं, डेढ़ लग जाए, दो लग जाए, साल लग जाए, कोई हर्ज नहीं, गुरु के नाँ से चले हाँ। और इस दफा संगत अगे दी अगे मेरा रहन का बंदोबस्त घर च कर रही है, बहुत सत्कार मिल रहा, बहुत गुरु महाराज की कृपा हो रही है मेरे ते। साडे लायक सेवा कोई बस तुसी मिल गए, नहीं खुशी बहुत आ, जेड़े कि थोनू फोन मेरे भूआ जी के बेटे से जेड़े सुनू कल मास्टर मिले, कुकू घनीए तो रजिंदर मास्टर सोनू कल बरगाड़ी को मिले से, उन्होंने मैंने कहा भी इस तरह बाबा इन्नी उम्र के सातवीं यात्रा कर रहा, मैं क्या हो नहीं सकता, वो कहना तू मिल के देख ली, तो वाकई गल सच हो गई, इन्नी उम्र के बजुर्ग हो संभव नहीं, सोनू भी पता नहीं जी। नहीं कोई नहीं, वो मालक ने मैनू दिती आ, तकलीफा भी देंदा मैनू, रवाना भी आ, आसाना भी आ। भाई पिछों दिखा रहे जेड़े इन्होंने पिछे लिखा, तू इधर घुमा के ना पिछे इन्होंने लिखा हुआ जो ये सारा तुम दिखा दो, असी सुन पढ़ के भी सुनावांगे, नीवे हो जाओ। सातवीं पैदल यात्रा सर्वधर्म धन श्री गुरु ग्रंथ साहब जी की हो रही है बेअदबियां के संबंध में, बंदी सिंघां दी रिहाई वास्ते, पंज श्री तख्त साहब जी की यात्रा, बाकी उही कुछ हिंदी च इंग्लिश च, मिति 21 जनवरी नूं बापू ने स्टार्ट करिया हरिमंदर साहब तो जी। बापू जी का नंबर तुसीं स्क्रीन के उपर असीं पावांगे, चल रहा बापू जी इधर, फिर अगे रूट कहड़ा अपना? अगे जी दमदमा साहब तो आनंदपुर साहब जाऊंगा, सारे जथेबंदियां जिन्नियां वा सिख जथेबंदियां दमदमा साहब एतवार कट्ठियां हो जाएगियां, सोमवार मैं तुरनगियां, फिर जब मैं आनंदपुर साहब पहुंचूंगा उत्थे कट्ठियां होणगियां, और तीन तख्तों ते वो मेरा मान सम्मान कर रहे आ, सारे जथेबंदियां आ के ते मेरी हौसला अफाई करनगे, ते मैं जद तुहाडे वर्गे सिंह मैनू मिलदे आ ते मैं किवें नहीं मेरा हौसला बढ़ेगा। होर बापू कोई लोड़ कोई साडे लायक सेवा? बस चलो भाई जी, आ देखो जी हौसला साडे गुरु दा सिर ते हाथ आपदे खालसे दे, ते 71-72 साल दी उम्र दे विच इन्नी वड्डी यात्रा ते इरादा दृढ़, ते ये हर एक दे हिस्से नहीं आउंदा, गुरु दी अपार कृपा दे नाल है। उत्तों थोड़ा थोड़ा मीह भी पै रहा पर बापू जी लगातार चल रहे आ, ते वीडियो में दब के शेयर कर दो जी, एक मैसेज है वो सुन, तुम सारी गलबात सुनी ली बापू जी, धन्यवाद जी, सत श्री अकाल।